ਪਾਈਅਰ ਬਹੁ ਚੰਗੇ ਸੇ, ਮੈਂ ਬੜਾ ਅਰਸਾ ਪਾਈਅਰ ਨਾਲ ਕੱਢਿਆ, ਮਾੜਾ ਸਿਰਾ ਨਾ ਸਾਈ ਮਰੀ ਗਿਆ ਸਾ, ਤੈ ਪਾਈਅਰ ਸੋਦਾ ਸਰਫ ਹਰ ਸ਼ੈ ਮਿਗੀ ਦੇਨੇ ਰੇ, ਕੁਸੇ ਸ਼ਹਿਰ ਨਾ ਘਾਟਾ ਨੀ ਨੇ ਅਛਨ ਦਿੱਤਾ, ਭਰਾ ਮਰੀ ਆਸੇ ਪਾਈ ਜੀ, ਤੈ ਤੁਸਾਂ ਮੀ ਕਦੇ ਕੁਸੇ ਸ਼ਹਿਰ ਨਾ ਘਾਟਾ ਨੀ ਅਛਨ ਦਿੱਤਾ, ਮੀਆਂ ਨੇ ਭਰਜਾਈਏ ਫਿਕਰ ਨਾ ਕਰਿਆ, ਮੈਂ ਤੁਹਾਡੇ ਸਿਰੇ ਭਰਿਆ ਵੋ ਮੜਿਆ ਵੀਰਾ, ਟੁਰੀ ਆਏ ਚੁੜੀਏ ਹੋ ਵੜੀਏ ਬੱਚੀਏ, ਇਧਰਾ ਮੜੇ ਗਲੇ ਲੱਗ, ਹੋ ਬਣ ਗਿਆ ਚਾਚੀ ਜੀ, ਬਣ ਗਿਆ ਚਾਚੀ ਜੀ, ਹੋ ਬਣ ਗਿਆ ਬਚ ਗਿਆ ਇਤਰਾ, ਹੋ ਬਣ ਗਿਆ ਬਚ ਗਿਆ, ਬਣ ਗਿਆ ਚਾਚੀ ਜੀ, ਮੈਂ ਕੱਲੀ ਹੋਈ ਗਈ ਆ, ਬੜਾ ਪੇਕਾ ਮੁੱਕੀ ਆ ਚਾਚੀ ਜੀ, ਬੜਾ ਪੇਕਾ ਮੁੱਕੀ ਆਏ, ਬੜੇ ਅੱਬਾ ਵੀ ਛੋੜੀ ਤੈ ਗੇਟੀ, ਵਾਯੋ ਅੱਬਾ ਜੀ ਵੀ ਚੜੀਏ ਉਹ ਕਲੀਆਂ ਕਰੀ, ਉਹਨੇ ਕੁਦਰੇ ਕੋ ਲਈ ਤਾਂ ਚਾਚੀ ਜੀ ਬੜਾ ਪੇਕਾ ਮੁੱਕੀ ਆ, ਓ ਚਾਚੀ ਜੀ ਉਰਮੇ ਕੁਦਰੇ ਕੋ ਲਈ ਤਾਂ, ਚਾਚੀ ਜੀ ਉਰਮੇ ਕੁਦਰੇ ਕੋ ਲਈ ਤਾਂ, ਓ ਵੀ ਉਰ ਕੁਰਬਾਦ ਵਰਤੀ ਕੁਨ ਹੱਥ ਕਮਾਤੀ ਬੜੀ ਧੀ ਆਈ, ਉਹ ਮਰ ਗਏ ਚਾਚੀ ਜੀ ਬੜੇ ਪਰਾ ਕੁਨ ਹੱਥ ਕਮਾਤੀ ਬੜੇ ਅੱਬਾ ਟੁਰੀ ਏ, ਉਹ ਮਾੜੇ ਅੱਬਾ ਟੁਰੀ ਗਏ, ਹੋ ਵੜ ਗਿਆ ਬਚ ਗਿਆ, ਪਰੇਸ਼ਾਨ ਨਾ ਹੋ ਮੈਂ ਤੁਹਾਡੀ ਮਾਂ ਤੇਈਆਂ ਨਾ, ਹੋ ਵੜ ਗਿਆ ਬਚ ਗਿਆ, ਪਰੇਸ਼ਾਨ ਨਾ ਹੋ ਮੈਂ ਆਈ ਨਾ ਤੁਹਾਡੀ ਮਾਂ, ਉਹ ਵੀ ਕੀ ਪਤਾ ਹੈ ਤੁਹਾਡੇ ਦਿਲਾਂ ਪਰ ਚੁਰੀਆਂ ਚਲੀਆਂ ਹੋਈਆਂ, ਵੜ ਗਿਆ ਬਚ ਗਿਆ, ਮਾਂ ਪਿਓ ਦੀ ਜਗ੍ਹਾ ਕੋਈ ਨਹੀਂ ਕਿ ਨਹੀਂ ਸਕਣਾ, ਪਰੇਸ਼ਾਨ ਨਾ ਹੋ, ਵੜ ਗਿਆ ਬਚ ਗਿਆ, ਹਿੰਮਤ ਕਰ ਹਿੰਮਤ ਕਰ, ਵੜ ਗਿਆ ਤੀਏ ਹਿੰਮਤ ਕਰ, ਹਿੰਮਤ ਕਰ, ਸੇ ਨਾ ਬੱਚੇ ਵੀ ਨਹੀਂ ਉਹਨਾਂ ਕੀ ਵੀ ਹੌਸਲਾ ਦੇ ਸੇ, ਬੱਚੇ ਵੀ ਬਾਹਰ ਰੋਨੇ ਪਏ ਨੀ, ਉਹ ਵੜ ਗਿਆ ਬਚ ਗਿਆ, ਹੌਸਲਾ ਕਰ ਹੌਸਲਾ ਕਰ ਹੌਸਲਾ ਕਰ ਤੀਏ ਹੌਸਲਾ ਕਰ, ਸਬਰ ਨਾਲ ਕੰਮ ਕੀ ਮਾੜੀ ਬੱਚੀ, ਸਬਰ ਨਾਲ ਕੰਮ ਕੀ ਨਾ, ਜਿਤਨਾ ਸਬਰ ਕਰਸੇ ਤਾਂ ਉਤਨਾ ਜਿਹੜਾ ਹੈ ਨਾ ਸਾਰਿਆਂ ਕੀ ਹੌਸਲਾ ਦੇਸੇ ਨਾ, ਬੱਚੇ ਵੀ ਨਹੀਂ ਨਾ ਬਾਹਰ, ਤੱਕ ਬੱਚੇ ਵੀ ਤੁਹਾਡੇ ਰੋਣੇ ਆਨੇ, ਅੰਮਾ ਕੀ ਰੋਣੀ ਹੈ, ਮਾੜਾ ਪੁੱਤਰ ਬਰਦਾਸ਼ਤ ਕਰ, ਹੈਂ ਹੌਸਲਾ ਕਰ ਹੌਸਲਾ ਕਰ, ਬੜੀ ਹੈ ਬੱਚੀ ਹੈ ਹੌਸਲਾ ਕਰ, ਬੜੀਆ ਚਾਚੀ ਕਿਸ ਤਰ੍ਹਾਂ ਹੌਸਲਾ ਕਰਾਂ, ਉਹ ਵੀ ਕੀ ਹੌਸਲਾ ਨਹੀਂ ਹੈ ਨਾਸ਼ ਨਾ, ਬੜੀਆ ਚਾਚੀ ਹੋ ਮੈਂ ਅੱਬੇ ਦੀ ਬੜੀ ਖਿਦਮਤ ਕੀਤੀ, ਹੋ ਵੜ ਗਿਆ ਚਾਚੀ ਮੈਂ ਅੱਬੇ ਦੀ ਬੜੀ ਖਿਦਮਤ ਕੀਤੀ ਗਈ, ਬੜੇ ਅੱਬੇ ਜਿਹੜੀ ਗੱਲ ਮੂੰਹ ਚੂ ਕੱਢੀ ਮੈਂ ਪੂਰੀ ਕੀਤੀ, ਬੜੇ ਅੱਬੇ ਕੱਲ ਮੀਆਂ ਕਿਆ ਬਚ ਗਿਆ ਵੀ ਜੀ ਟਿੱਕੀਆਂ ਬਣਾਈ ਤੈ ਖਿਲਾ, ਉਹ ਮੈਂ ਟਿੱਕੀਆਂ ਬਣਾਈਆਂ ਤੈ, ਬੜੇ ਅੱਬੇ ਕੋਲੋਂ ਨੀ ਕੌਣ ਹੋਣੀਆਂ, ਅੱਬਾ ਜੀ ਤੁਸਾਂ ਕੋਲੋਂ ਨੀ ਕੌਣ ਹੋਈਆਂ ਤੈ, ਮੈਂ ਆਪੇ ਅੱਜ ਖਾਧੀਆਂ, ਉਹ ਬੜੇ ਅੱਬਾ ਟਿੱਕੀਆਂ ਮੰਗਣਾ ਮੰਗਣਾ ਮਰੀ ਆਏ, ਉਹ ਬੜੇ ਅੱਬਾ ਟਿੱਕੀਆਂ ਉਸਦਾ ਤੜਫਣਾ ਤੜਫਣਾ ਮਰੀ ਆਏ, ਵੜੀਏ ਚਾਚੀ ਓਏ ਐਲਾਨਾ ਵਿੱਚ ਓਏ ਐਲਾਨ ਕੁਛ ਕਰਾਇਆ, ਓ ਚਾਚੀ ਜੀ ਐਲਾਨ ਕੁਛ ਕਰਾਇਆ, ਇੱਕੀਆਂ ਪੁੱਤਰਾਂ ਦਾ ਨਾਂ ਕਿੰਦਾ ਨੇ ਐਲਾਨਾ ਵਿੱਚ, ਉਹ ਮਰ ਗਿਆ ਚਾਚੀ ਜੀ ਕੁਸਾ ਪੁੱਤਰਾਂ ਦਾ ਨਾਂ ਕਿੰਦਾ ਐਲਾਨਾ ਵਿੱਚ, ਜਿਸ ਪੁੱਤਰਾ ਜੀ ਨੇ ਨਹੀਂ ਪੁੱਛਿਆ ਮੋਇਆ ਵਾ ਉਸਨਾਂ ਮਸੀਤੀਆਂ 'ਚ ਕਿਸਤੇ ਐਲਾਨ ਕਰਾਉਣੇ, ਖਰ ਹਾਂ ਮੈਂ ਪੁੱਛੀ ਅੱਛਾ ਹੈ ਕੁਛ ਐਲਾਨ ਕਰਾਇਆ, ਅੱਲਾ ਨਾ ਹੁਕਮ ਭਾਈ ਫਿਰ ਤੁਸਾਂ ਨੇ ਅੱਬਾ ਫੋਤ ਹੋਈਏ ਤਾਂ ਇਹ ਕਿਆ ਤੁਸਾਂ ਲੇਟ ਕੀਆਂ ਆਏ ਹੋ, ਹੈਂ ਬੱਚਿਆ ਤਾਂ ਲੇਟ ਕੀਆਂ ਪੁੱਛਿਆ, ਤੁਹਾਡਾ ਪਿਓ ਤੁਗੀ ਆਲੇ ਮਾਰਨਾ ਮਾਰਨਾ ਮਰੀ ਆ, ਗੱਡੀ 'ਚ ਬਹਿਨੇ ਤੁਹਾਡੀ ਆਲੇ ਮਾਰਨਾ ਰਿਹਾ, ਐਂਬੂਲੈਂਸ ਆਈ ਤਾਂ ਰਿਹਾ ਨਹੀਂ ਨਾ, ਤਾਂ ਮਾੜਾ ਪੁੱਤਰ ਨਹੀਂ ਆਇਆ, ਮਾੜਾ ਪੁੱਤਰ ਨਹੀਂ ਆਇਆ ਤਾਂ ਇਤਨੀ ਲੇਟ ਕੀਆਂ ਪੁੱਛਿਆ, ਉਹ ਬਾਜੀ ਮਿਗੀ ਦਰਅਸਲ ਨਾ ਪਤਾ ਹੀ ਬੜਾ ਲੇਟ ਲੱਗਾ, ਤਾਂ ਉਸਲਾ ਮਿਗੀ ਪਤਾ ਲੱਗਾ ਜਿਸਲੇ ਅੱਬੇ ਨਾਲ ਰੂਹ ਨਿਕਲੀ ਰਿਹਾ ਤਾ, ਨਾਲ ਪਤਾ ਕਿਆ ਕਰੀਆ, ਮੈਂ ਹਾਂ ਅਫਸਰ, ਮਾੜਾ ਇਸਲਾ ਇੱਕ ਅਹੁਦਾ ਆ, ਮੈਂ ਇਸਲਾ ਕੁਰਸੀ ਪਰ ਬੈਠਾ ਨਾ ਹੋਣਾ ਹਾਂ, ਤਾਂ ਅੱਗੇ ਮਾੜੇ ਕੋਲ 5-7 ਬੰਦੇ ਨੇ ਜਿਹੜੇ ਮਾੜੇ ਅੱਗੇ ਕੰਮ ਕਰਨੇ, ਠੀਕ ਹੈ, ਤਾਂ ਮੈਂ ਉਹਨਾਂ ਨੇ ਉੱਪਰ ਨਿਗਰਾਨ ਹਾਂ, ਤਾਂ ਨਿਗਰਾਨ ਹਾਂ ਤਾਂ ਫਿਰ ਮੈਂ ਜਿਹੜਾ ਆ ਨਾ ਨਾ ਆਈ ਸਕਣਾ, ਬਸ ਇਸ ਵਜ੍ਹਾ ਤੋਂ ਹੋਈ ਨਾ ਤਾਂ ਮੈਂ ਨਾ ਆਈ ਸਕਿਆ, ਤਾਂ ਤੁਸਾਂ ਕੀ ਪਤਾ ਹੈ ਜਿਲ੍ਹਾ ਇਨਸਾਨ ਕੀ ਅਹੁਦਾ ਲੱਭੀ ਜਾਏ ਨਾ ਤਾਂ ਫਿਰ ਉਸਲੇ ਉਹ ਬੜਾ ਘੱਟ ਨਿਕਲਣਾ, ਤਾਂ ਮੈਂ ਫਿਰ ਤੁਸਾਂ ਕੀ ਪਤਾ ਆ ਕਿ ਆਪਣੀ ਨੌਕਰੀ ਜਿਹੜੀ ਆ ਮੇਰੀ ਬਹੁਤ ਜ਼ਰੂਰੀ ਹੈ, ਤਾਂ ਇਸ ਮਾਰਿਆ ਮੇਰੀ ਨਹੀਂ ਅੱਛੇ ਨਾ ਹੋਇਆ, ਤਾਂ ਚਲੋ ਕੋਈ ਸਾ ਗੱਲ ਨਹੀਂ, ਅਛਨਾ ਸਾ ਤਾਂ ਵੀ ਅੱਬੇ ਮਰਨਾ ਸਾ, ਨਾ ਅੱਛਾ ਗਿਆ ਤਾਂ ਵੀ ਅੱਬੇ ਮਰਨਾ ਸਾ, ਜਿਹੜੀ ਅੱਬੇ ਨੇ ਲਿਖੀ ਹੋਈ ਸੀ ਉਹ ਅੱਬੇ ਨਾਲ ਹੋਣੀ ਹੋਣੀ ਸੀ, ਤਾਂ ਇਸ ਮਾਰਿਆ ਬਸ ਅੱਲਾ ਨਾ ਹੁਕਮ, ਸਰਿਆ ਸ਼ਰਮ ਕਰ, ਸਰਿਆ ਨਾ ਝੂਠ ਮਾਰ, ਮਰਨਿਆ ਮੂੰਹ ਕਾਲਾ ਸੀਗੇ ਕੀਆਂ ਝੂਠ ਮਾਰਨਾ ਹੈ,
ਮੈਂ ਤੁਹਾਨੂੰ ਉਸ ਤਰ੍ਹਾਂ ਫੋਨ ਕੀਤਾ ਸੀ ਜਿਸ ਤਰ੍ਹਾਂ ਮੈਂ ਅੱਬੇ ਕੀ ਨਹੀਂ ਤਾਂ ਹਸਪਤਾਲ ਜੁਲੀ ਸੀ ਤਾਂ ਮੈਂ ਤੁਹਾਨੂੰ ਆਖਿਆ ਸਾ ਵਾ ਮੈਂ ਕੱਲੀ ਹਾਂ ਤਾਂ ਤੂੰ ਆ ਹਸਪਤਾਲ ਤਾਂ ਤੂੰ ਆਖਿਆ ਸਾ ਮੈਂ ਇਸ ਲੈ ਡਿਊਟੀ ਪਰ ਹਾਂ ਤਾਂ ਤੂੰ ਕੀ ਗੈਰਤ ਨਹੀਂ ਅਸ਼ਨੀ ਪਿਓ ਨਾ ਜਨਾਜ਼ਾ ਅੰਦਰ ਪਿਆ ਵਾ ਤਾਂ ਤੂੰ ਇੱਥਾਂ ਲੋਕਾਂ ਕੀ ਆਪਣੇ ਅਹੁਦੇ ਦੱਸਣਾ ਹੈ ਤੂੰ ਅਹੁਦੇ ਦੱਸਣੇ ਤਾਂ ਗੈਰਤ ਕਰ ਵਾ ਸ਼ਰਮ ਕਰ ਯਾ ਕਰ ਪਿਓ ਸਹਿਕਣਾ ਤੜਫਣਾ ਮਰੀ ਗਈ ਤਰਸਣਾ ਮਰੀ ਗਈ ਮਾੜਾ ਪੁੱਤਰ ਅੱਛਾ ਤਾਂ ਤੂੰ ਆਏ ਤਾਂ ਇੱਥਾਂ ਲੋਕਾਂ ਕੀ ਆਪਣੇ ਅਹੁਦੇ ਦੱਸ ਲਗਾ ਮੈਂ ਲਾਈ ਜੁੱਤੀ ਤਾਂ ਸਿਰ ਕੁੱਟਸਣ ਤਾਂ ਅਬਲ ਇੱਥੋਂ ਜਾਠੀ ਇੱਥਾਂ ਬਿਲਕੁਲ ਮੇਰੀ ਨਜ਼ਰ ਨਾ ਤੂੰ ਅੱਛੀ ਜੇ ਮੈਂ ਪਿਓ ਕੀ ਹਸਪਤਾਲਾਂ ਵਿੱਚ ਆਈ ਤਾਂ ਫੇਰ ਹੀ ਸਕਣੀ ਸੀ ਜੇ ਮੈਂ ਪਿਓ ਨੇ ਇਲਾਜ ਕਰਵਾਈ ਸਕਦੀ ਹਾਂ ਤਾਂ ਮੈਂ ਪਿਓ ਕੀ ਦਫ਼ਨ ਵੀ ਕਰਵਾਈ ਸਕਦੀ ਹਾਂ ਤੂੰ ਕਸਦੇ ਆਏ ਇੱਥਾਂ ਆਪਣੀਆਂ ਨੌਕਰੀਆਂ ਨੇ ਅਹੁਦੇ ਦੱਸਣੇ ਵਾਸਤੇ ਗੈਰਤ ਕਰ ਸ਼ਰਮ ਕਰ ਹੈਂ ਕਿਉਂਕਿ ਅਫਸੋਸ ਹੋਣੇ ਨੇ ਬਜਾਏ ਤੂੰ ਜਿਹੜਾ ਨਾ ਅੱਛਾ ਅੱਛੇ ਲੋਕਾਂ ਕੀ ਅਹੁਦੇ ਦੱਸਣਾ ਸੋਹਰਾ ਮੋਇਆ ਹੀ ਤਾਂ ਉੱਥਾਂ ਟੇਮਾਂ ਨਾਲ ਪਹੁੰਚੀ ਹੈਂ ਉੱਥਾਂ ਰੋਟੀਆਂ ਪਕਾਈਆਂ ਨਹੀਂ ਤਾਂ ਸਾਰਾ ਕੁਛ ਕੀਤਾ ਹੀ ਤਾਂ ਇੱਥਾਂ ਪਿਓ ਮੋਇਆ ਹੀ ਤਾਂ ਤੂੰ ਇੱਥਾਂ ਅੱਛੇ ਲੋਕਾਂ ਕੀ ਅਹੁਦੇ ਦੱਸ ਲਗਾ ਇੱਥਾਂ ਮਾੜੇ ਨਾਲ ਕੋਈ ਫਜ਼ੂਲ ਗੱਲ ਨਾ ਕਰਵਾਇਆ ਤਾਂ ਦੁਆ ਮੀ ਦੱਸੋ ਭਾਈ ਜੀ ਇਹ ਐਲਾਨ ਕੁਛ ਕਰਵਾਇਆ ਇਸ ਤਰ੍ਹਾਂ ਨਾ ਮਸਜਿਦ ਕੁਛ ਕਿੰਦਾ ਅਰੇ ਮਾੜੇ ਘਰ ਵਾਲੇ ਐਲਾਨ ਕੀਤਾ ਨਾ ਕੀ ਕਿਆ ਹੋਇਆ ਤਾਂ ਪੁੱਤਰਾਂ ਨਾ ਹੀ ਕਿੰਨਾ ਸਨ ਹੋਰ ਕੁਛ ਨਾ ਕਿਨਨ ਵਾ ਉਹਨਾਂ ਕੀ ਮਨਾ ਕੀਤਾ ਸੀ ਆ ਕਿ ਜਿਸ ਜੀਨੀਆਂ ਕੋਈ ਨਹੀਂ ਪੁੱਛਿਆ ਤਾਂ ਮੋਇਆ ਉਸਨੇ ਨਾ ਪਰ ਮਸੀਤੀ 'ਚ ਐਲਾਨ ਨਾ ਕਰਿਆ ਧੀ ਨਾ ਕਿਨੋ ਜਿਸ ਸਾਂਭਿਆ ਹੈਂ ਜਿਸਨੇ ਕੋਲ ਰੇ ਜਿਸ ਹੱਥਾਂ ਨਾਲ ਖਿਦਮਤ ਕੀਤੀ ਧੀ ਨਾ ਕਿਨੋ ਗਿਆ ਨਾ ਇਸ ਨਾ ਕਸਤਾ ਕਿੰਦਾ ਸੀਗੇ ਹੈਂ ਜੇ ਧੀ ਸਾਂਭੀ ਸਕਣੀ ਸੀ ਧੀ ਪੁੱਤਰਾਂ ਦੀ ਜਗ੍ਹਾ ਖਲੀ ਸਕਣੀ ਸੀ ਧੀ ਹਸਪਤਾਲਾਂ ਵਿੱਚ ਮਰਦਾਂ ਦੀ ਜਗ੍ਹਾ ਖੱਜਲ ਹੋਈ ਸਕਣੀ ਸੀ ਜਿਸ ਤਰ੍ਹਾਂ ਮਰਦ ਕਰਨੇ ਉਸ ਤਰ੍ਹਾਂ ਧੀ ਕਰੀ ਸਕਣੀ ਸੀ ਧੀ ਨਾ ਮਸੀਤੀ ਨਾ ਬੋਲਿਆ ਕਿਆਂ ਦਰਦ ਹੋਣਾ ਸਾ ਤੁਸਾਂ ਨੇ ਘਰਾਂ ਲੈ ਕੇ ਹੈਂ ਤੁਸਾਂ ਲੋਕ ਵੀ ਫਿਤਨੇ ਬਾਜ਼ ਹੀ ਹੋ ਜਦੋਂ ਮੈਂ ਤੁਸਾਂ ਨੇ ਘਰਾਂ ਲੈ ਕੇ ਇੱਕ ਵਾਰੀ ਮਨਾ ਕੀਤਾ ਸਾ ਕਿ ਇਸ ਕੋਈ ਨਾ ਬਿਲਕੁਲ ਨਹੀਂ ਤੁਸਾਂ ਕਿੰਨਾ ਤਾਂ ਫਿਰ ਕਿਉਂ ਤੁਸਾਂ ਨੇ ਜਿਹੜਾ ਨਾ ਘਰਾਂ ਲੈ ਕਿੰਦਾ ਹੈ ਤੁਸਾਂ ਨਾ ਘਰਾਂ ਲਾ ਹੈ ਫਸਾਦੀ ਆ ਜਾਣੀ ਬੁਝਦਾ ਮਸੀਤੀਆਂ 'ਚ ਫਸਾਦ ਪਵਾਉਣਾ ਤਾਂ ਅੱਗੇ ਪਿਛਾ ਲੋਕਾਂ ਨੇ ਫਸਾਦ ਪਵਾਉਣਾ ਅਲਾ ਭੈਣੋ ਗੁੱਸਾ ਨਾ ਕਰ ਤਾਂ ਮੈਂ ਇਹ ਗੱਲ ਦੱਸ ਕਿ ਜਿਹੜੇ ਮਹਿਮਾਨ ਸ਼ਮਾਨ ਆਏ ਨੇ ਉਹਨਾਂ ਨੇ ਮੈਂ ਰੋਟੀ ਛੋਟੀ ਨਾਲ ਬੰਦੋਬਸਤ ਕਰਾਂ ਐ ਤੱਕੋ ਐ ਮਾੜੇ ਹੱਥ ਜੁੜੇ ਵੇ ਤੁਸਾਂ ਨੇ ਅੱਗੇ ਮੇਰੀ ਕੋਈ ਜ਼ਰੂਰਤ ਨਹੀਂ ਤੁਸਾਂ ਨੇ ਖਰਚੇ ਕਰਵਾਉਣੇ ਨਹੀਂ ਬਾਅਦ ਤੁਹਾਡੀ ਜ਼ਰਾਨੀ ਸੋ ਸੋ ਗੱਲ ਬਾਸੀ ਜਿਸ ਮੈਂ ਪਿਓ ਕੀ ਸਾਂਭਿਆ ਨਾ ਜਿਸ ਮੈਂ ਪਿਓ ਨੇ ਖਿਦਮਤ ਕੀਤੀ ਜਿਸ ਮੈਂ ਹਸਪਤਾਲਾਂ ਵਿੱਚ ਜਿਸ ਮੈਂ ਇਲਾਜ ਕਰਾਏ ਬਿਮਾਰੀਆਂ ਨੇ ਖਿਲਾਇਆ ਪਿਲਾਇਆ ਉਹ ਮੈਂ ਕਫਨ ਵੀ ਕਰੀ ਕਿਨਸਾਂ ਤਾਂ ਮੈਂ ਰੋਟੀ ਵੀ ਖਿਲਾਈ ਕਿਨਸਾਂ ਤਾਂ ਤੁਸਾਂ ਦੀ ਬੜੀ ਮਿਹਰਬਾਨੀ ਆਪਣੀ ਜ਼ਨਾਨੀ ਕੀ ਨਹੀਂ ਆਪਣੇ ਬੱਚਿਆਂ ਕੀ ਨਹੀਂ ਨਾ ਤਾਂ ਇੱਥੋਂ ਜਾਣੇ ਵਾਲੀ ਗੱਲ ਕਰ ਇੱਥਾਂ ਮਾੜੀ ਅੱਖਾਂ ਨੇ ਸਾਹਮਣੇ ਨਾ ਖਲੀਆਂ ਇਸ ਵਕਤ ਤੋਂ ਮੇਰੀ ਜ਼ਹਿਰ ਲੱਗਣਾ ਪਏ ਪਿਓ ਮੋਇਆ ਸੈਕੜਾ ਤੜਫਣਾ ਤਾਂ ਪੜਾ ਪਿੱਛੋਂ ਅੱਛੀ ਤਾਂ ਮੈਂ ਹੱਥਾ ਉਹਦਾ ਤਾਂ ਮੈਂ ਉਹਦਾ ਮੈਂ ਤੁਹਾਡੀਆਂ ਨਾਸਾਂ ਪੰਸਾਂ ਜੇ ਹੁਣ ਅੰਦਰ ਆਏ ਪਿਓ ਨਹੀਂ ਮੰਜੀ ਨੇੜਾ ਵੀ ਲੱਗਾ ਨਹੀਂ ਤਾਂ